ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰਜੀਤ ਸਿੰਘ ਭੋਗਲ, ਫਿਰੋਜ਼ਪੁਰ ਤੋਂ। ਇਹ ਮੇਰੀ ਵਾਈਫ ਨੇ ਗੁਰਿੰਦਰਪਾਲ ਕੌਰ ਭੋਗਲ, ਔਰ ਇਹਨਾਂ ਦੀ ਏਜ ਤਕਰੀਬਨ 60 ਸਾਲ। ਅਸੀਂ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਹਾਂ, ਔਰ ਕਾਫੀ ਦੇਰ ਤੋਂ ਮੇਰੀ ਵਾਈਫ ਦੀ ਜਿਹੜੇ ਲੈਫਟ ਨੀ ਹੈ ਇਹ 'ਚ ਪੇਨ ਸੀ, ਔਰ ਪਿਛਲੇ 5-6 ਸਾਲ ਤੋਂ ਇਹ ਪੇਨ ਤੋਂ ਕਾਫੀ ਪ੍ਰੋਬਲਮ 'ਚ ਸੀਗੇ। ਔਰ ਇਹ ਪ੍ਰੋਬਲਮ ਅਸੀਂ ਬੜੀ ਜਗ੍ਹਾ 'ਤੇ ਆਪਣੇ ਲੋਕਲ ਡਾਕਟਰਸ ਨੂੰ ਔਰ ਹੋਰ ਜਗ੍ਹਾ ਵੀ ਕਈ ਜਗ੍ਹਾ 'ਤੇ ਦਿਖਾਇਆ, ਤੋ ਫਿਜ਼ੀਓਥਰੈਪੀ ਵਗੈਰਾ ਸਭ ਕੁਛ ਹੋਇਆ, ਲੇਕਿਨ ਡਾਕਟਰਸ ਨੇ ਰਿਕਮੈਂਡ ਕੀਤਾ ਸੀ ਕਿ ਇਹਨਾਂ ਦੀ ਨੀ ਰਿਪਲੇਸਮੈਂਟ ਹੋਏਗੀ। ਬਟ ਮਾਈ ਵਾਈਫ ਵਾਜ਼ ਵੈਰੀ ਸਕੇਅਰਡ ਕਿ ਮੈਂ ਨੀ ਰਿਪਲੇਸਮੈਂਟ ਨਹੀਂ ਕਰਾਉਣੀ, ਕਿਉਂਕਿ ਇਹਨਾਂ ਨੂੰ ਕਾਫੀ ਡਰ, ਇਹਨਾਂ ਦੇ ਮਨ ਦੇ ਵਿੱਚ ਇੱਕ ਚਿੰਤਾ ਬੈਠੀ ਸੀ ਕਿ ਨੀ ਰਿਪਲੇਸਮੈਂਟ 'ਚ ਸ਼ਾਇਦ ਕਾਫੀ ਬਲੱਡ ਲੋਸ ਹੋਰ ਬੜੇ ਤਰ੍ਹਾਂ ਦਾ ਇਸ ਤਰ੍ਹਾਂ ਦੇ ਨੁਕਸਾਨ ਹੁੰਦਾ। ਤੋ ਅਸੀਂ ਇਹ ਚੀਜ਼ ਨੂੰ ਹਮੇਸ਼ਾ ਪੈਂਡਿੰਗ ਕਰਦੇ ਆਏ, ਲੇਕਿਨ ਪਿਛਲੇ 2-3 ਮਹੀਨਿਆਂ ਤੋਂ ਮੈਂ ਇਹਨਾਂ ਦੀ ਜਦੋਂ ਗੋਡਾ ਕਾਫੀ ਖਰਾਬ ਹੋ ਗਿਆ ਨਾ ਨੀ, ਅਤੇ ਮੈਂ ਚਿੰਤਾ 'ਚ ਹੋ ਗਿਆ, ਤਾਂ ਔਰ ਮੈਂ ਇਹਦੇ ਬਾਰੇ ਸਰਚ ਕਰਨ ਲੱਗ ਪਿਆ ਕਿ ਬੈਸਟ ਰਿਪਲੇਸਮੈਂਟ ਕਿੱਥੇ ਹੁੰਦੀ ਹੈ। ਸੋ ਅਲਟੀਮੇਟਲੀ ਆਈ ਸਰਫ ਦਾ ਨੈੱਟ, ਔਰ ਬੜੇ ਮੈਨੂੰ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਨਵੀਂ ਲੇਟੈਸਟ ਟੈਕਨੋਲੋਜੀ ਨੀ ਰੀਸਰਫਿਸਿੰਗ ਦੀ ਟੈਕਨੋਲੋਜੀ ਆਈ ਹੈ। ਮੈਂ ਡਾਕਟਰ ਗਿੱਲ, ਜੋ ਇੱਥੇ ਤਰਨਦੀਪ ਸਿੰਘ ਗਿੱਲ ਜੋ ਇੱਥੇ ਹੈੱਡ ਨੇ ਔਰਥੋਪੈਡਿਕਸ ਦੇ ਔਰ ਨੀ ਰੀਸਰਫਿਸਿੰਗ ਕਰਦੇ ਨੇ, ਸਰਜੀਅਨ ਨੇ, ਮੇਰੀ ਉਹਨਾਂ ਨਾਲ 2 ਵਾਰੀ ਮੁਲਾਕਾਤ ਹੋਈ। ਮੈਂ 2 ਵਾਰੀ ਉਹਨਾਂ ਨੂੰ ਮਿਲ ਕੇ ਗਿਆ ਔਰ ਦਿਖਾ ਕੇ ਗਏ ਸੀ ਆਪਣਾ ਵਾਈਫ ਦਾ ਲੈਫਟ ਨੀ। ਉਹਨਾਂ ਨੇ ਸਾਰਾ ਸਾਨੂੰ ਇਹ 'ਚ ਦਿਖਾਇਆ ਔਰ ਸ਼ੋਅ ਕੀਤਾ, ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਥਰੂ ਸਾਰੀ ਪ੍ਰੋਸੈਸ ਆਫ ਬਾਈ ਵੇ ਆਫ ਵੀਡੀਓ ਸਾਰੀ ਗ੍ਰਾਫੀ ਦੇ ਥਰੂ ਉਹਨਾਂ ਨੇ ਸਾਨੂੰ ਦਿਖਾਇਆ ਕਿ ਆਹ ਹੁੰਦਾ। ਅਲਟੀਮੇਟਲੀ ਆਈ ਗੋਟ ਹਿਸ ਪੁਆਇੰਟ ਦੈਟ ਨੀ ਰਿਸਰਫਿਸਿੰਗ ਇਜ਼ ਪਾਰਸ਼ੀਅਲੀ ਓਨਲੀ ਟੂ ਰਿਪੇਅਰ ਦਾ ਡੈਮੇਜ ਪਾਰਟ, ਜਿਹੜਾ ਉਹਨੂੰ ਹੀ ਤੁਸੀਂ ਠੀਕ ਕਰਨਾ। ਸੋ ਆਈ ਵਾਜ਼ ਕਨਵਿੰਸਡ ਕਿ ਜਿਹੜਾ ਪਾਰਟ ਖਰਾਬ ਹੈ ਹੱਡੀ ਉਨੀ ਹੀ ਕੱਟੀ ਜਾਵੇ ਜਿਹੜੀ ਖਰਾਬ ਹੈ ਸਾਰੀ ਕਿਉਂ। ਤੋ ਮੈਨੂੰ ਇਹ ਵੀ ਪਤਾ ਲੱਗਿਆ ਨੈੱਟ ਤੋਂ ਕਿ ਨੀ ਰੀਸਰਫਿਸਿੰਗ ਵਰਲਡ ਦੇ ਜਿਹੜੇ ਜਿੰਨੇ ਵੀ ਜਿਹੜੇ ਬੈਸਟ ਕੰਟਰੀ ਜਿੱਥੇ ਬਹੁਤ ਹੀ ਐਡਵਾਂਸ ਕੰਟਰੀਜ਼ ਨੇ, ਅਮੈਰੀਕਾ ਹੋਇਆ, ਜਰਮਨੀ ਹੋਇਆ, ਉੱਥੇ ਇਹੀ ਟੈਕਨੋਲੋਜੀ ਚੱਲਦੀ ਹੈ। ਔਰ ਮੈਂ ਇੱਕ ਬੜੀ ਵੱਡੀ ਗੱਲ ਦੱਸੂੰਗਾ ਕਿ ਮੇਰੀ ਵਾਈਫ ਦਾ ਜਿਸ ਦਿਨ ਓਪਰੇਸ਼ਨ ਹੋਇਆ, ਇਹ ਓਪਰੇਸ਼ਨ ਤੋਂ ਤਕਰੀਬਨ 6-7 ਘੰਟੇ ਬਾਅਦ ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਖੜ੍ਹਾ ਕਰ ਸਕਦੇ ਹਾਂ ਆਪਾਂ, ਐਂਡ ਸ਼ੀ ਸਟੂਡ, ਔਰ ਓਟੀ ਤੋਂ ਡਾਇਰੈਕਟਲੀ ਵਿਦਆਊਟ ਐਨੀ ਐਪੀਡੋਰਲ ਟ੍ਰੀਟਮੈਂਟ ਔਰ ਇੰਜੈਕਸ਼ਨ ਔਰ ਪੇਨ ਕਿਲਰਸ, ਸ਼ੀ ਕੇਮ ਡਾਇਰੈਕਟਲੀ ਟੂ ਹਰ ਰੂਮ, ਜੋ ਇਹਨਾਂ ਦਾ ਹਸਪਤਾਲ ਦੇ ਵਿੱਚ ਕਮਰਾ ਸੀ ਉਹ 'ਚ ਸਿੱਧੇ ਆਏ, ਔਰ ਆ ਕੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਰਹੇ। ਉਸ ਸ਼ੀਵਰ ਕੋਈ ਜ਼ਿਆਦਾ ਪੇਨ ਦੀ ਕੋਈ ਐਡੀ ਵੱਡੀ ਗੱਲ ਨਹੀਂ ਸੀ, ਲੇਕਿਨ ਜਦੋਂ ਸ਼ਾਮ ਨੂੰ ਖੜ੍ਹਾ ਕੀਤਾ ਗਿਆ ਅਸੀਂ ਹੈਰਾਨ ਸੀ। ਨੈਕਸਟ ਡੇ ਸ਼ੀ ਵਾਜ਼ ਵਾਕਿੰਗ ਵਿਦ ਵਾਕਰ, ਵਾਕਰ ਅਸਿਸਟਡ ਵਾਕਿੰਗ ਹੋ ਗਈ। ਫਿਰ 2 ਦਿਨ ਬਾਅਦ ਸ਼ੀ ਵਾਜ਼ ਵਾਕਿੰਗ ਵਿਦ ਅ ਸਟਿੱਕ, ਔਰ ਅੱਜ ਸਾਨੂੰ ਇੱਥੋਂ ਛੁੱਟੀ ਮਿਲ ਰਹੀ ਹੈ, ਔਰ ਆਫਟਰ 5 ਡੇਜ਼, 5 ਦਿਨਾਂ ਬਾਅਦ ਸਾਨੂੰ ਛੁੱਟੀ, ਔਰ ਸ਼ੀ ਇਜ਼ ਵਾਕਿੰਗ ਵਿਦਆਊਟ ਸਟਿੱਕਸ। ਔਰ ਮਜ਼ੇ ਦੀ ਗੱਲ ਹੈ ਕਿ ਅੱਜ ਇਹਨਾਂ ਨੇ ਪੌੜੀਆਂ ਵੀ ਇੱਥੇ ਚੜ੍ਹੀਆਂ ਆਪਣੇ ਆਪ। ਸੋ ਦਿਸ ਇਜ਼ ਸਮਥਿੰਗ ਵਿਚ ਇਜ਼ ਵੈਰੀ ਯੂਨੀਕ ਅਬਾਊਟ ਆਈ ਸੇ ਬਲੈਸ ਗੋਡ ਬਲੈਸਿੰਗਸ ਔਨ ਦਿਸ ਹੋਸਪਿਟਲ ਐਂਡ ਔਨ ਮਾਈ ਵਾਈਫ ਆਲਸੋ ਐਂਡ ਔਨ ਦੀ ਦ ਡਾਕਟਰਸ ਐਂਡ ਆਲ ਦਾ ਸਟਾਫ। ਹੀਲਿੰਗ ਹੋਸਪਿਟਲ 'ਚ ਅਸੀਂ ਆਏ ਹਾਂ, ਅਸੀਂ ਆਪਣੇ ਆਪ ਨੂੰ ਲੱਕੀ ਵੀ ਸਮਝਦੇ ਹਾਂ, ਔਰ ਇਹ ਵੀ ਸਮਝਦੇ ਹਾਂ ਕਿ ਸਾਡਾ ਫੈਸਲਾ ਬਹੁਤ ਸਹੀ ਸੀ। ਔਰ ਹੋਸਪਿਟਲ ਦਾ ਸਟਾਫ ਬੜਾ ਕੋਆਪਰੇਟਿਵ, ਬਾਈ ਡੇਲੀ ਪੁੱਛਿਆ ਜਾਂਦਾ ਸੀ ਕਿ ਤੁਹਾਨੂੰ ਕੋਈ ਇਸ਼ੂ ਪ੍ਰੋਬਲਮ ਜੇ ਉਹ, ਸੁਪਰਵਾਈਜ਼ਰੀ ਸਟਾਫ, ਨਰਸਿੰਗ ਸਟਾਫ, ਈਵਨ ਜਿਹੜੇ ਸਭ ਤੋਂ ਜਿਹੜੇ ਅਸਿਸਟਿੰਗ ਸਟਾਫ ਹੈ ਜਿਹੜਾ, ਉਹ ਵੀ ਆਪਣੀ ਜਗ੍ਹਾ ਬਹੁਤ ਹੀ ਵਧੀਆ ਕੰਮ ਕਰਦੇ ਨੇ, ਔਰ ਹਰ ਕੋਈ ਬੜੀ ਪਲੈਜ਼ੈਂਟਰੀਜ਼ ਨਾਲ ਤੁਹਾਨੂੰ ਮਿਲਦਾ, ਕਿਸੇ ਦੇ ਚਿਹਰੇ 'ਤੇ ਤੁਹਾਨੂੰ ਕਦੀ ਇਹ ਨਹੀਂ ਦਿਖੇਗਾ ਕਿ ਉਹ ਤੁਹਾਡਾ ਔਖਾ ਹੋ ਕੇ ਕੰਮ ਕਰ ਰਿਹਾ। ਦੇ ਆਰ ਆਲਵੇਜ਼ ਟਰਾਇੰਗ ਟੂ ਹੈਲਪ ਯੂ ਐਂਡ ਅਸਿਸਟ ਯੂ ਐਵਰੀ ਟਾਈਮ। ਸੋ ਮੇਰੀ ਵਾਈਫ ਬੜੀ ਹੈਪੀ ਹੈ, ਐਂਡ ਵੀ ਆਰ ਨਾਓ ਲਿਵਿੰਗ ਦਿਸ ਹੋਸਪਿਟਲ ਵਿਦ ਆਲ ਦਾ ਪ੍ਰੇਅਰਸ ਟੂ ਬਲੈਸ ਆਲ ਦਾ ਸਟਾਫ, ਡਾਕਟਰਸ ਐਂਡ ਦਿਸ ਹੋਸਪਿਟਲ ਆਲਸੋ ਟੂ ਸਰਵ ਮੋਰ ਬੈਟਰ ਮੋਰ ਪੀਪਲ ਇਨ ਦਾ ਕਮਿੰਗ ਟਾਈਮਸ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ। ਮੈਂ ਬਿਲਕੁਲ ਠੀਕ ਹਾਂ, ਮੈਂ ਆਪਣੇ ਆਪ ਨੂੰ ਬਹੁਤ ਕੰਫਰਟੇਬਲ ਫੀਲ ਕਰ ਰਹੀ ਹਾਂ, ਔਰ ਮੈਨੂੰ ਫੀਲ ਹੋ ਰਿਹਾ ਵੀ ਮੈਂ ਥੋੜ੍ਹੇ ਪਹਿਲਾਂ ਕਰਾ ਲੈਂਦੇ ਇੰਨਾ ਸਗੋਂ ਡਿਲੇ ਕਰਨ ਨਾਲੋਂ, ਔਰ ਅਸੀਂ ਉੱਥੇ ਜਾ ਕੇ ਫਿਰੋਜ਼ਪੁਰ ਹੋਰ ਵੀ ਲੋਕਾਂ ਨੂੰ ਰਿਕਮੈਂਡ ਕਰਾਂਗੇ। ਔਰ ਸਾਨੂੰ ਇੱਕ ਦੋ ਲੋਕਾਂ ਦੀ ਕਾਲ ਵੀ ਆਈ ਹੈ, ਸਾਡੇ ਜਿਹੜੇ ਫਰੈਂਡਸ ਆ ਉਹ ਕਹਿੰਦੇ ਅਸੀਂ ਵੀ ਇੱਥੇ ਆ ਕੇ ਕਰਵਾਵਾਂਗੇ।